ਗੁਰੂ ਰੂਪ, ਗੁਰੂ ਸਵਾਰੀ, ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਬੈਠੀ ਸਾਧ ਸੰਗਤ ਜੀਓ, ਗੱਜ ਕੇ ਫਤਿਹ ਤੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀਓ, ਸਾਡੇ ਗੁਰੂਆਂ ਨੇ ਸਾਨੂੰ ਧਰਮਾਂ 'ਚੋਂ ਕੱਢਣ ਦੀ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਇਹੋ ਹੀ ਉਪਦੇਸ਼ ਦਿੱਤਾ ਕਿ ਸਾਡਾ ਧਰਮ ਨਹੀਂ, ਸਾਡੀ ਕੋਈ ਜਾਤ ਨਹੀਂ, ਸਾਡਾ ਇੱਕੋ ਹੀ ਗੁਰੂ ਹੈ, ਇੱਕੋ ਸਾਡਾ ਮਨੋਰਥ ਹੈ, ਇੱਕੋ ਉਦੇਸ਼ ਹੈ ਮਾਨਵਤਾ। ਇਨਸਾਨ ਨੂੰ ਇਨਸਾਨ ਦੇ ਨਾਲ ਪ੍ਰੇਮ ਹੋਣਾ ਚਾਹੀਦਾ, ਪਿਆਰ ਹੋਣਾ ਚਾਹੀਦਾ, ਉਹਦੇ ਦੁੱਖ ਨਾਲ ਦੁੱਖ ਹੋਣਾ ਚਾਹੀਦਾ। ਜਦਕਿ ਸਾਡੇ ਸਮਾਜ ਦੇ ਵਿੱਚ ਸਾਡੇ ਸਿਆਸਤਦਾਨ ਲੀਡਰਾਂ ਨੇ ਸਾਡੇ ਧਰਮ ਵੀ ਵੰਡ ਦਿੱਤੇ, ਸਾਡੇ ਪਰਿਵਾਰ ਵੀ ਵੰਡ ਦਿੱਤੇ ਆ, ਔਰ ਸਾਡੇ ਘਰ ਹੀ ਵੰਡ ਦਿੱਤੇ ਆ, ਤਾਂ ਕਿ ਇੱਕ ਘਰ ਦੇ ਵਿੱਚ ਜੇ ਦੋ ਮੈਂਬਰ ਆ ਤੇ ਉਹਨਾਂ ਦੇ ਦੋ ਹੀ ਧੜੇ ਹੋ ਗਏ ਆ। ਸੋ ਸਾਨੂੰ ਜ਼ੋਰ ਲੋੜ ਹੈ ਇਹਨਾਂ ਧੜਿਆਂ 'ਚੋਂ ਬਾਹਰ ਨਿਕਲ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਗੀਏ, ਗੁਰੂ ਵਾਲੇ ਬਣੀਏ, ਔਰ ਮਾਨਵਤਾ ਕੀ ਜਾਤ ਸਭੇ ਇੱਕੋ ਪਛਾਣੋ, ਉਹਦੇ ਹੁਕਮ ਦੇ ਅੰਦਰ ਆ ਕੇ ਅਸੀਂ ਜੋ ਵੀ ਆਪਣੇ ਕਾਰਜ ਕਰਨੇ ਆ, ਸਵਾਰਥ ਕਰਨੇ ਆ, ਉਹ ਅਸੀਂ ਕਰੀਏ, ਨਾ ਕਿ ਨਿੱਜ ਸਵਾਰਥ ਹੋ ਕੇ ਅਸੀਂ ਗਲਤ ਕੰਮ ਕਰਾਂਗੇ, ਗਲਤ ਉਪਦੇਸ਼ ਦੇਵਾਂਗੇ ਤੇ ਉਹਦਾ ਪਿਛੋਕੜ ਕੀ ਹੋਊਗਾ, ਸਾਡੇ ਪਰਿਵਾਰ ਵੰਡੇ ਜਾਣਗੇ, ਸਾਡੇ ਬੱਚੇ ਵੰਡੇ ਜਾਣਗੇ, ਅਸੀਂ ਕੁਛ ਵੀ ਨਹੀਂ ਕਰ ਸਕਦੇ। ਸੋ ਮੇਰੀ ਇੱਕ ਪੁਰਜ਼ੋਰ ਬੇਨਤੀ ਹੈ ਕਿ ਜਿੰਨੇ ਵੀ ਅਸੀਂ ਇੱਥੇ ਸੰਜੇ ਗਾਂਧੀ ਨਗਰ, ਦਾਦਾ ਕਲੋਨੀ, ਸਹੀਪੁਰ, ਅਸੀਂ ਆਪਣੇ ਇਲਾਕੇ ਦੇ ਲੋਕ ਹਾਂ, ਅਸੀਂ ਪਹਿਲਾਂ ਆਪਣਾ ਆਪ ਸਵਾਰੀਏ ਤਾਂ ਦੂਸਰੇ ਨੂੰ ਤਾਂ ਸਵਾਰ ਸਕਦੇ ਹਾਂ। ਸਤਸੰਗ ਜੀ, ਅਸੀਂ ਆਪਣੇ ਜੇ ਆਪ ਹੀ ਵੰਡ ਪਾ ਕੇ ਰੱਖਾਂਗੇ ਤਾਂ ਦੂਸਰੇ ਨੂੰ ਅਸੀਂ ਜੋੜ ਨਹੀਂ ਸਕਦੇ, ਪਹਿਲਾਂ ਸਾਨੂੰ ਆਪ ਨੂੰ ਜੁੜਨਾ ਪਊਗਾ, ਫਿਰ ਅਸੀਂ ਦੂਸਰੇ ਨਾਲ ਜੋੜ ਸਕਦੇ ਹਾਂ। ਸੋ ਮੇਰੀ ਬੇਨਤੀ ਆ ਕਿ ਸਾਡੇ ਇਸ ਇਲਾਕੇ ਦੇ ਵਿੱਚ ਅਸੀਂ ਜਿੰਨੇ ਵੀ ਧਰਮਾਂ ਦੇ ਲੋਕ ਰਹਿ ਰਹੇ ਹਾਂ, ਅਸੀਂ ਇੱਕ ਦੂਸਰੇ ਨਾਲ ਦੁੱਖ ਸੁੱਖ ਦੇ ਭਾਈਵਾਲ ਹਾਂ, ਸਾਡੇ ਵਿੱਚ ਕੋਈ ਵੰਡ ਨਹੀਂ ਆ। ਅਸੀਂ ਇੱਕ ਦੂਸਰੇ ਨੂੰ ਅੱਧੀ ਰਾਤ ਵੀ ਆਵਾਜ਼ ਮਾਰਦੇ ਹਾਂ ਅਤੇ ਸਾਰਾ ਪਰਿਵਾਰ, ਅਸੀਂ ਸਹੀਪੁਰ ਹੋਵੇ, ਸੰਜੇ ਕਲੋਨੀ ਹੋਵੇ, ਦਾਦਾ ਕਲੋਨੀ ਹੋਵੇ, ਅਸੀਂ ਇੱਕ ਪਰਿਵਾਰ ਦੀ ਤਰ੍ਹਾਂ ਇਕੱਠੇ ਹੋ ਕੇ ਆਪਣੇ ਉਸ ਮਸਲੇ ਨੂੰ ਹੱਲ ਕਰਦੇ ਹਾਂ। ਸਾਡੇ ਵਿੱਚ ਕੋਈ ਵੰਡ ਵਿਹਾਰ ਨਹੀਂ, ਸਿਰਫ ਤਾਂ ਸਿਰਫ ਸਿਆਸਤ ਨੂੰ ਲੋਕਾਂ ਤੋਂ ਸਾਨੂੰ ਬਚਣ ਦੀ ਲੋੜ ਹੈ। ਸੋ ਮੈਂ ਆਈ ਯਾਤਰਾ ਔਰ ਗੁਰੂ ਸਾਹਿਬ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।